ਭਾਰਤ ਦੀ 1.25 ਅਰਬ ਆਬਾਦੀ 'ਚੋਂ ਇੱਕੋ ਇੱਕ ਬੰਦੇ ਕੋਲ ਟਰੈਕਟਰ ਆ, ਇਹ ਜਾਣੀ ਕਿ ਭਾਰਤ 'ਚ ਇਕੱਲਾ ਹੀ ਆ। ਤਕਰੀਬਨ 250 ਹਾਰਸ ਪਾਵਰ ਆ ਇਹ ਟਰੈਕਟਰ। ਇਹਦਾ ਸਮਾਨ ਫਿਰ ਕਿੱਥੋਂ ਮਿਲਣਾ ਸੀ? ਬਾਈ ਅਵਤਾਰ ਸੰਧੂ ਵੀ ਇਹੋ ਜਿਹਾ ਬੰਦਾ ਕਿ ਲੋਕ ਤਾਂ ਬਾਹਰਲੇ ਮੁਲਕਾਂ 'ਚੋਂ ਲੀੜੇ ਲਿਆਉਂਦੇ ਹੁੰਦੇ ਆ, ਅਤੇ ਇਹ ਟੈਚੀਆਂ 'ਚ ਭਰ ਭਰ ਕੇ ਸਮਾਨ ਹੀ ਲਿਆਉਂਦਾ ਹੁੰਦਾ ਟਰੈਕਟਰਾਂ ਦਾ। ਸੁਣੋ ਜਾਣਕਾਰੀ, ਬੜੀ ਦਿਲਚਸਪ ਅਤੇ ਰੌਚਕ ਜਾਣਕਾਰੀ ਆ, ਅਤੇ ਸ਼ੇਅਰ ਹੁਣ ਫਿਰ ਡਾਂਗਾਂ ਵਾਂਗੂ ਵਰਨੇ ਚਾਹੀਦੇ ਆ, ਸਵਾਦ ਆ ਜੇ ਬਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਜਾਓ, ਤੁਹਾਨੂੰ ਦਿਖਾਈਏ ਅੰਨੀ ਜਾਣ ਦਾ ਬਾਦਸ਼ਾਹ। ਮੈਂ ਕਹਿੰਦਾ ਵੀ ਜਾਣ ਅੰਨੀ ਆ, ਅਤੇ ਦੂਜੀ ਵੱਡੀ ਗੱਲ ਦੱਸਦੇ ਹਾਂ ਵੀ ਭਾਰਤ ਦੇ ਵਿੱਚ ਸਿਰਫ ਇਹ ਇੱਕੋ ਟਰੈਕਟਰ ਆ। ਇਸ ਵਕਤ ਅਸੀਂ ਸਰਦਾਰ ਅਵਤਾਰ ਸਿੰਘ ਸੰਧੂ ਸਾਹਿਬ ਕੋਲ ਹਾਂ, ਪਿੰਡ ਮਾਲੜੀ ਨੇੜੇ ਨਕੋਦਰ, ਉੱਥੇ ਆਏ ਹੋਏ ਹਾਂ ਅਤੇ ਆਹ ਟਰੈਕਟਰ ਬਾਰੇ ਗੱਲਬਾਤ ਕਰਨੀ ਆ। ਫੋਰਡ ਵਾਲਿਆਂ ਦਾ ਟਰੈਕਟਰ ਆ, ਸਾਰੀ ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਗੱਲ ਇਹ ਆਉਂ ਆ ਬਈ, ਆਹ ਟਰੈਕਟਰ ਲਿਆਂਦਾ ਕਿੱਥੋਂ? ਵੀ ਇਹ ਹੈ ਹੀ ਇੱਕ ਇੰਡੀਆ ਦੇ ਵਿੱਚ ਇਹ? ਹਾਂਜੀ ਵੀਰ ਜੀ, ਇਹ ਟਰੈਕਟਰ ਆਪਾਂ ਕਸਟਮਾਈਜ਼ ਕੀਤਾ ਜੀ। ਜਿਹੜਾ ਇਹਦਾ ਇੰਜਨ ਆ ਇਹ ਇੰਪੋਰਟ ਕਰਾਇਆ US ਤੋਂ, ਅਤੇ ਇਹਦਾ ਪਿਛਲਾ ਹਿੱਸਾ ਵੀ ਇੰਪੋਰਟ ਕਰਾਇਆ। ਕਈ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਇੰਪੋਰਟ ਹੋ ਸਕੀਆਂ, ਜਿੱਦਾਂ ਆਹ ਇਹਦੀ ਸ਼ੋਅ ਹੋ ਗਈ, ਮਗਰਾਟ ਹੋ ਗਿਆ, ਨਈ ਚੀਜ਼ਾਂ ਹੋ ਸਕੀਆਂ, ਟੁੱਟ ਗਈਆਂ, ਉਹ ਅਸੀਂ ਫਿਰ ਇੱਥੋਂ ਅਰੇਂਜ ਕੀਤੀਆਂ, ਅਤੇ ਉਹ ਮੋਸਟ ਆਫ ਦੈਮ ਇਜ਼ ਅ ਕਸਟਮਾਈਜ਼ ਟਰੈਕਟਰ। ਠੀਕ ਹੈ, ਮਤਲਬ ਭਾਂਤ ਭਾਂਤ ਦਸਵਾਂ ਜੋ ਇਹਦੇ ਨਾਲ ਬ੍ਰਾਂਡ ਸੀਗੇ ਅੱਡ ਇਕੱਠੇ ਕਰਕੇ ਫਿਰ ਬਣਾਇਆ ਗਿਆ ਜੀ। ਜੀ ਜੀ, ਉਹਨੂੰ ਉਹੀ ਲੁੱਕ ਦਿੱਤੀ ਗਈ ਹੈ ਨਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਸਟਮਾਈਜ਼ ਟਰੈਕਟਰ ਨੂੰ ਆਪਣੇ ਤਾਂ ਕਹਿ ਦਿੰਦੇ ਆ ਵੀ ਜੁਗਾੜ ਲਾ ਲਿਆ, ਪਰ ਇਸ ਟਰੈਕਟਰ ਦੀ ਦੇਖੋ R&D ਵੀ ਅਸੀਂ ਆਪ ਕੀਤੀ, ਰਿਸਰਚ ਵੀ ਆਪ ਕੀਤੀ, ਡਿਵੈਲਪਮੈਂਟ ਵੀ ਆਪ ਕੀਤੀ। ਗੋਰੇ ਇਸ ਚੀਜ਼ ਨੂੰ ਬਹੁਤ ਲਾਈਕ ਕਰਦੇ, ਕਿਉਂਕਿ ਉਹ ਹਰੇਕ ਗੋਰਾ ਇੱਕ ਅੱਧੀ ਗੱਡੀ ਇੱਦਾਂ ਦੀ ਕਰਦਾ ਜਿਹੜੀ ਆਪ ਹੀ ਫਰੇਮ ਤਿਆਰ ਕਰਦਾ, ਆਪ ਹੀ ਇੰਜਣ ਤਿਆਰ ਕਰਦਾ, ਆਪ ਹੀ ਉਹਦਾ ਗੇਅਰ ਬਾਕਸ ਲਾਉਂਦਾ, ਔਰ ਉਹਨੂੰ ਕਸਟਮਾਈਜ਼ ਵਹੀਕਲ ਕਹਿ ਦਿੰਦੇ, ਔਰ ਉਹ ਕੰਪਨੀ ਦੇ ਵਹੀਕਲਾਂ ਨਾਲੋਂ ਮਹਿੰਗਾ ਵਹੀਕਲ ਹੁੰਦਾ। ਇਸ ਕਰਕੇ ਇਹ ਟਰੈਕਟਰ ਇੱਕੋ ਹੀ ਇੱਕ ਆ, 240 HP 6 ਸਿਲੰਡਰ ਆ ਜੀ। 240 HP? ਹਾਂਜੀ। ਮੈਂ ਕਹਿੰਦਾ ਵੀ ਟਰੈਕਟਰ ਇੰਨੀ HP ਵਾਲਾ ਹੋਣਾ ਹੀ ਨਹੀਂ ਆਪਣੇ। ਮੇਰੇ ਖਿਆਲ 'ਚ ਤਾਂ ਨਹੀਂ ਹੋਣਾ, ਪਰ ਜੇ ਹੋ ਵੀ ਸਕਦਾ ਹੋਵੇ ਤਾਂ ਦੱਸੋ, ਕਮੈਂਟ ਦੇ ਵਿੱਚ ਦੱਸ ਦਿਓ। ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਇਹ ਸਿਲੰਡਰ 6 ਸਿਲੰਡਰ ਆ? 6 ਸਿਲੰਡਰ ਆ ਜੀ। ਜੀ, ਇਹ 'ਚ ਕੀ ਫੀਚਰਸ ਕਿਹੜੇ ਪਾਏ? ਤਾਂ ਸਮਝ ਲਓ ਕਿ ਤੁਹਾਡੇ ਹੱਥਾਂ 'ਚੋਂ ਬਣ ਕੇ ਨਿਕਲਿਆ। ਜੀ 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 ਜੀ। ਅਤੇ ਕੀ ਫੀਚਰਸ ਆਮ ਟਰੈਕਟਰ ਨਾਲੋਂ ਕੀ ਵੱਖਰਾ ਪਾਇਆ ਇਹ 'ਚ ਫਿਰ? ਫੀਚਰ ਜੀ, ਇੱਕ ਤਾਂ ਇਹਦੀ ਲੁੱਕ ਦੇਖੋ ਤੁਸੀਂ, ਲੁੱਕ ਵਾਈਜ਼ ਵੱਡਾ ਜੀ ਵੱਡਾ, ਅਤੇ ਨੰਬਰ 2 ਵੀ ਅਸੀਂ ਇਹਨੂੰ ਮੋਸਟਲੀ ਟਰਾਲੀਆਂ ਖਿੱਚਣ ਵਾਸਤੇ ਰੱਖਿਆ, ਜਦੋਂ ਟਰਾਲੀਆਂ ਖੁੱਭਦੀਆਂ, ਅੱਜ ਵੀ ਇਹਦੇ ਪਿੱਛੇ ਸੰਗਲੀ ਪਾਏ ਆ ਟਰਾਲੀਆਂ, ਸਾਡਾ ਗੰਨੇ ਦਾ ਕੰਮ ਆ, ਜਦੋਂ ਵੀ ਗੰਨੇ ਦੀਆਂ ਟਰਾਲੀਆਂ ਖੁੱਭਦੀਆਂ ਤਾਂ ਬਸ ਇਹਨੂੰ ਲੈ ਜਾਈਦਾ, ਅਤੇ ਜਿੰਨੀ ਮਰਜ਼ੀ ਖੁੱਭੀ ਹੋਵੇ ਤਾਂ ਇਹ ਮੱਠੀ ਜੀ ਰੇਸ 'ਤੇ ਕੱਢ ਲਿਆਉਂਦਾ ਉਹਨੂੰ। ਬਿਲਕੁਲ, ਤੁਹਾਡਾ ਦਬਾਬਾ ਮੰਨਿਆ ਗਿਆ ਨਾ ਗੰਨੇ ਲਈ, ਗੰਨੇ ਦੇ ਏਰੀਏ ਲਈ। ਗੱਲ ਉਹਾਂ ਵੀ ਹੁਣ ਬਹੁਤਿਆਂ ਦੇ ਨਾ ਚਿਹਰੇ ਖਿੜ ਗਏ ਹੋਣਗੇ ਵੀ ਗੰਨੇ ਦੀਆਂ ਟਰਾਲੀਆਂ ਖਿੱਚਣ ਨੂੰ ਕਿਹੜਾ ਟਰੈਕਟਰ ਬੈਸਟ ਆ। ਹੁਣ ਕਈਆਂ ਦੇ ਕਮੈਂਟ ਹੋਣਗੇ, ਭਾਈ ਫਲਾਣਾ ਵੀ ਖਿੱਚ ਲੈਂਦਾ, ਫਲਾਣਾ ਵੀ ਖਿੱਚ ਲੈਂਦਾ, ਪਰ ਇਹ ਤਕੜਾ ਬਣਾਇਆ। ਇਸ ਟਰੈਕਟਰ ਦਾ ਵੇਟ ਹੀ ਆਲਮੋਸਟ 50 ਕੁਇੰਟਲ ਦੇ ਲਾਗੇ ਵੇਟ ਆ ਜੀ। ਜੀ, 50 ਕੁਇੰਟਲ ਦਾ ਵੇਟ ਹੋਣ ਕਰਕੇ ਇਹਦੀ ਗ੍ਰਿਪ ਇੰਨੀ ਹੈਵੀ ਆ ਵੀ ਇਹ 64 ਟਰੈਕਟਰਾਂ ਜਿੰਨਾ ਇਕੱਲਾ ਹੀ ਜ਼ੋਰ ਲਾ ਲੈਂਦਾ। ਜਦੋਂ ਆਪਾਂ ਟਰੈਕਟਰ 4-4, 5-5 ਲਾ ਕੇ ਕੱਢਦੇ ਹਾਂ, ਕਈ ਵਾਰੀ ਟੁੱਟਣ ਦਾ ਡਰ ਹੁੰਦਾ, ਪਰ ਇਹ ਟਰੈਕਟਰ ਇੱਕ ਅਸੀਂ ਉਹ ਜਿਹੜਾ ਤੁਹਾਨੂੰ 62 ਦਿਖਾ ਲਿਆ ਸੀ, ਇਹ 2 ਜੋੜ ਦੇਈਦੇ ਆ ਜੀ, ਅਤੇ ਟਰਾਲੀ ਪਵਾਂ ਜਿੱਡੀ ਫਸੀ ਮਰਜ਼ੀ ਹੋਵੇ ਕੱਢ ਲਿਆਉਂਦੇ ਆਰਾਮ ਨਾਲ ਹੀ ਜੀ। ਇਹ ਜਿਹੜਾ ਮੇਨ ਇੰਜਣ ਸੀ ਤੁਸੀਂ, ਹਾਂਜੀ, ਇਹ ਕਿੱਥੋਂ ਮੰਗਾਇਆ ਸੀ? ਇਹ US ਤੋਂ ਇੰਪੋਰਟ ਹੋਇਆ ਜੀ। ਅੱਛਾ, ਅਮਰੀਕਾ ਤੋਂ ਮੰਗਾਇਆ ਤੁਸੀਂ? ਜੀ ਜੀ ਜੀ। ਗੱਲ ਉਹਾਂ ਵੀ ਚੀਜ਼ ਵੱਖਰੀ ਬਣਾਉਣੀ ਸੀ, ਖਰਚੇ ਦੀ ਪਰਵਾਹ ਨਹੀਂ ਕੀਤੀ ਜੀ? ਨਹੀਂ, ਖਰਚੇ ਦੀ ਪਰਵਾਹ ਨਹੀਂ ਕੀਤੀ। ਆਪਾਂ ਇੱਕ ਕਿਤੇ ਇੱਕਾ weight ਬਾਰੇ ਦੱਸਦੇ ਸੀ ਵੀ ਕੀ ਇਹ ਮਿਲ ਜਾਂਦੇ ਜਾਂ ਨਹੀਂ ਇੱਥੇ ਇੰਡੀਆ 'ਚ? ਇਹ weight ਵੀ imported ਆ ਜੀ, Ford ਦੇ ਆ, Ford ਦੇ weight ਆ ਇਹ, ਆਪਣੇ ਕੁਆਡ ਦੇ ਵਿੱਚ ਆਉਂਦੇ ਆ ਜੀ ਬਹੁਤ, ਜਿਹੜੇ ਕਿ ਬਹੁਤ ਰੇਅਰ ਵੇਟ ਆ, ਪਰ ਆਉਂਦੇ ਕੁਆਡ ਦੇ ਵਿੱਚ ਆ, ਔਰ ਕਿਹੜੇ ਟਰੈਕਟਰ ਨੂੰ ਕਿਸ ਢੰਗ ਨਾਲ ਲਾਉਣੇ ਉਹ ਬਹੁਤ ਡਿਟਰਮ ਕਰਨਾ ਔਖਾ। ਜਦੋਂ ਅਸੀਂ ਲੈਣ ਜਾਂਦੇ ਵੇਟ, ਗੋਬਿੰਦਗੜ੍ਹ ਵਾਲਿਆਂ ਨੂੰ ਸਾਰਿਆਂ ਨੂੰ ਪਤਾ, ਜਦੋਂ ਅਸੀਂ ਜਾਂਦੇ ਚਾਹੇ 200 ਕੁਇੰਟਲ ਹੋ ਜਾਵੇ, ਚਾਹੇ 400 ਕੁਇੰਟਲ ਉਹਨਾਂ ਕੋਲ ਵੇਟ ਪਿਆ, ਅਸੀਂ ਚੱਕ ਲਿਆਉਂਦੇ ਹਾਂ ਆਣ ਕੇ, ਫਿਰ ਕਿਹੜੇ ਟਰੈਕਟਰ ਦੇ ਕਿਹੜਾ ਫਿੱਟ ਆਉਂਦਾ, ਕਿਹੜੇ ਮਾਡਲ ਨੂੰ ਕਿਹੜਾ ਆਇਆ ਸੀ ਉਹ ਲਾ ਕੇ, ਬਾਕੀ ਦੇ ਸਾਡੇ ਕੋਲ ਬਹੁਤ ਮੇਰੇ ਖਿਆਲ 50-40 ਕੁਇੰਟਲ ਵੇਟ ਆਮ ਵਾਧੂ ਹੀ ਪਿਆ ਰਹਿੰਦਾ, ਜਿਹੜਾ ਕਿ ਸਾਡੇ ਕੰਮ ਨਹੀਂ ਆਉਂਦਾ, ਉਹ ਅਸੀਂ ਬਾਅਦ ਦੇ ਵਿੱਚ ਉਹਨੂੰ ਦੇ ਦਿਆਂਗੇ ਉਹਨਾਂ ਨੂੰ ਬੈਗ। ਤੇ ਇੱਕ ਆਹ 4x4 ਆ ਜੀ, ਇਹ 4x4 ਆ, ਨਹੀਂ ਕਾ ਦਿਖਾ ਦਈਏ, ਆ 4x4 ਆ, ਮਤਲਬ ਸਾਰਾ ਵੱਡਾ ਹੀ ਕੰਮ ਆ ਯਾਰ, ਹਾਈ-ਫਾਈ ਕੰਮ। ਜੀ ਜੀ, ਹਾਈ-ਫਾਈ ਕੰਮ ਆ ਜੀ। ਜੀ, ਇਹਨੇ ਖੁੱਭਣਾ ਕੀ ਆ ਯਾਰ, ਭਾਵੇਂ ਟਰੱਕਾਂ ਨੂੰ ਖਿੱਚ ਲਓ, ਰਸ਼ੀਅਨ ਟੈਂਕ ਆ ਜੀ, ਰਸ਼ੀਅਨ ਟੈਂਕ ਹੀ ਕਰ। ਇੰਜਣ ਹੀ ਦੇਖੋ, 4 ਫੁੱਟ, 4.5 ਫੁੱਟ ਲੰਮਾ ਤੇ ਇੰਜਣ ਹੀ ਆ ਇਹਦਾ ਜੀ। ਜੀ ਜੀ ਜੀ, ਆ ਇੱਥੋਂ ਦੇਖ ਸਕਦੇ ਹਾਂ, ਇੱਥੋਂ ਲੈ ਕੇ ਇੱਥੇ ਤੱਕ ਇੰਜਣ ਆ ਇਹਦਾ, ਇੱਥੋਂ ਲੈ ਕੇ ਤਾਂ ਇੱਥੇ ਤੱਕ ਇੰਜਣ। ਤੇ ਪੰਪ ਕਿਵੇਂ ਆ ਦਾ? ਸਹੀ, ਠੀਕ ਆ, ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡੇ ਸਾਹਮਣੇ ਸਟਾਰਟ ਕੀਤਾ ਸੀ ਤਾਂ ਜੀ ਜੀ, ਟਰਬੋ ਹੈ ਨਾ? ਹਾਂ ਜੀ, ਸੋ ਟਰਬੋ ਚਾਰਜਰ ਆ ਜੀ, ਟਰਬੋ ਚਾਰਜਰ ਆ, ਤੇ ਗੇਅਰ ਇਹਦੇ ਸਾਈਡ ਤੇ ਦਿੱਤੇ ਹੋਏ ਆ, ਸਾਈਡ ਤੇ ਗੇਅਰ ਆ। ਹਾਂਜੀ, ਇਹਨੂੰ ਮਾਡਲ ਕਿਹੜਾ ਕਹਿ ਸਕਦੇ ਆ ਆਪਾਂ? ਵੈਸੇ ਇੰਜਨ ਤਾਂ ਸੀਗਾ T25 ਦਾ ਜੀ, ਜੀ, ਤੇ ਪਰ ਇਹਨੂੰ ਅਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ 76 ਦੱਸ ਕੇ ਆ, ਕਿਉਂਕਿ ਅਸੀਂ ਇੱਕ ਸੀਰੀਜ਼ ਬਣਾਉਣੀ ਸੀਗੀ ਜੀ, 78 ਦਾ, 76 ਦਾ,
7,600 जी, 6,000 5,000 4,000 3,000 3600 ਉਸ ਕਰਕੇ ਅਸੀਂ ਨੂੰ 7310 ਦਾ ਨਾਮ ਦਿੱਤਾ ਜੀ। ਮਤਲਬ ਫੋੜ ਦਾ ਖਾਨਦਾਨ ਸਾਰਾ, ਫੋੜ ਦਾ ਸਾਰਾ ਖਾਨਦਾਨ ਇਕੱਠਾ ਕੀਤਾ ਅੰਗਲੀ ਸੰਗਲੀ ਜੇ ਕੋਈ ਗਾਂ ਦੀ ਗਾਂ ਰਿਸ਼ਤੇਦਾਰੀ ਵੀ ਆ ਉਹ ਵੀ ਨਾਲ ਹੀ ਲੈਣ, ਉਹ ਵੀ ਨਾਲ ਹੀ ਆ। ਹਾਂਜੀ ਹਾਂਜੀ ਠੀਕ ਆ। ਮਤਲਬ ਜੀ ਇੰਜਣ ਦਾ ਪੁੱਛਦਾ ਜੀ ਕਿਹੜੇ ਸਨ ਚ ਬਣਿਆ ਹੋ ਸਕਦਾ ਕੁਛ ਇਹਦਾ ਅੰਦਾਜ਼ਾ ਹੈ? ਇਹ ਜੀ 80 ਦੇ 80 ਦੇ ਵਿੱਚ ਬਣੇ ਸੀ ਇੰਜਣ, 80 ਦੇ ਦਹਾਕੇ ਚ ਕਹਿ ਸਕਦੇ ਹਾਂ ਨਾ ਇੰਜਣ ਬਣੇ ਸੀਗੇ। ਹਾਂ 1980 ਦੇ ਨੇੜੇ ਤੇੜੇ ਦਾ ਇੰਜਣ ਬਣਿਆ ਹੋਇਆ ਇਹਦਾ ਜੀ ਜੀ। ਇਹਨੂੰ ਜਦੋਂ ਪੇਂਟ ਕਰਾਇਆ ਐਕਚੁਅਲੀ ਪਲੇਟ ਲੱਗੀ ਸੀ ਉਹਨਾਂ ਨੇ ਉੱਤੋਂ ਦੀ ਪੇਂਟ ਕਰਤੀ, ਉਹ ਪਲੇਟ ਮੈਂ ਉਹਨਾਂ ਨੂੰ ਕਿਹਾ ਵੀ ਸੀ ਉਹਨੂੰ ਰਿਟੇਨ ਕਰ ਲਿਓ, ਪਰ ਉਹ ਕਈ ਵਾਰੀ ਇੱਥੇ ਵਾਲੇ ਪੇਂਟਰ ਤੁਹਾਨੂੰ ਪਤਾ ਵੀ ਉੱਤੋਂ ਦੀ ਕਰ ਦਿੰਦੇ ਆ ਜੀ। ਬਿਲਕੁਲ, ਕਿਉਂਕਿ ਓਰੀਜਨਲ ਚੀਜ਼ ਦਾ ਮੁੱਲ ਜ਼ਿਆਦਾ। ਹਾਂਜੀ ਹਾਂਜੀ ਮੁੱਲ ਜ਼ਿਆਦਾ, ਚਮਕਦਮ ਓਰੀਜਨਲ ਚੀਜ਼ ਦਾ ਮੁੱਲ ਜ਼ਿਆਦਾ। ਮਗਰ ਲੈ ਬਸ ਲੈਫਟ ਸਿਸਟਮ ਵੀ ਦੇਖੀ ਹਰਨੇਕ ਆ ਜੋ ਇਹਦੇ ਦੋ ਬੈਟਰੀਆਂ ਜੀ, ਇੱਕ ਬੈਟਰੀ ਇਹਨੂੰ ਸਟਾਰਟ ਨਹੀਂ ਕਰਦੀ, ਡਬਲ ਬੈਟਰੀ ਆ, ਦੋ ਬੈਟਰੀਆਂ ਜੀ। ਅੱਛਾ, ਪਾਵਰ ਵੱਧ ਕਰਕੇ ਹੈ ਨਾ ਜੀ, ਇਹ ਚ ਦੋ ਨੇ ਪਈਆਂ ਹੋਈਆਂ? ਹਾਂਜੀ ਹਾਂਜੀ ਦੋ ਬੈਟਰੀਆਂ ਜੀ ਜੀ। ਇਧਰਲੇ ਤੁਸੀਂ ਆਪ ਫਿਰ ਸ਼ੋਅ ਚਲਾਉਂਦੇ ਹੋ ਜੀ? ਬਹੁਤ ਜੀ, ਮੈਂ ਕਾਫੀ ਚਲਾਉਣਾ, ਇੱਕ ਇਹ ਟਰੈਕਟਰ ਤੇ ਇੱਕ ਕਾਰਟ ਵੀ ਹੈ, ਮੈਂ ਦੋਵੇਂ ਆਪ ਹੀ ਚਲਾਉਣਾ ਜੀ। ਜੀ ਆ ਵੀ ਇੱਕ ਮਗਰੋਂ ਵੀ ਲੁੱਕ ਵੱਖਰੀ ਆ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਤੁਸੀਂ ਦੇਖੋਗੇ ਵੈਬਸਾਈਟ ਤੋਂ ਬਹੁਤ ਵੱਖਰਾ ਕੁਛ ਆ ਜੀ। ਆ ਤਾਂ ਤੁਸੀਂ ਪੁਰਾਣਾ ਹੀ ਉਸ ਹਿਸਾਬ ਤੇ ਲਾਇਆ ਜੀ। ਹਾਂਜੀ, ਜੋ ਉਹਦੇ ਨਾਲ ਜਿਹੜੀ ਜਿਹੜੀ ਚੀਜ਼ ਰਿਟੇਨ ਹੋ ਸਕੀ ਆਪਾਂ ਉਹ ਲਾਈਏ ਜੀ। ਆ ਵੀ ਹੈ ਨਾ ਵੱਖਰਾ ਹੀ ਸਿਸਟਮ, ਆ ਵੀ ਹਾਂ ਹਾਂਜੀ, ਹੁਕ ਵੀ ਇਹਦੇ ਕਾਫੀ ਹੈਵੀ ਡਿਊਟੀ ਲਾਈ ਆ ਸਾਡੇ ਕੋਲ, ਇੱਕ 28 ਫੁੱਟ ਲੰਮੀ ਟਰਾਲੀ ਆ ਜੀ, 8 ਟਾਇਰਾਂ ਵਾਲੀ ਜਿਹਨੂੰ ਡਬਲ ਐਕਸਲ ਕਹਿ ਦਿੰਦੇ ਆਪਾਂ ਜੀ, ਤੇ ਉਹ ਇਹਦੇ ਮਗਰ ਪਾਈਦੀ ਆ ਜਦੋਂ ਕਿਤੇ ਗੰਨੇ ਨੂੰ ਮੈਂ ਆਪ ਸ਼ੌਂਕੀਆ ਤੌਰ ਤੇ ਇਹਨੂੰ ਲੈ ਕੇ ਜਾਵਾਂ ਜੀ। ਵੈਸੇ ਤਾਂ ਬਹੁਤ ਘੱਟ ਕਢਾਉਣਾ ਮੈਂ ਬੰਦਿਆਂ ਕੋਲੋਂ, ਕਿਉਂਕਿ ਇਹ 3-4 ਟਰੈਕਟਰ ਆ ਜਿਹੜੇ ਮੇਰੇ ਦਿੱਲੀ ਲੱਗੇ ਦੇ ਆ, ਤੇ ਇਹਨਾਂ ਨੂੰ ਮੈਂ ਆਪ ਹੀ ਚਲਾਉਣਾ ਜਦੋਂ ਆਉਣਾ, ਮੈਂ ਆਪ ਹੀ ਚਲਾਉਣਾ। ਮਤਲਬ ਆਪ ਹੀ ਹੱਥੀ ਪਾਲੇ ਪੋਸੇ ਆ? ਹਾਂਜੀ ਹਾਂਜੀ, ਉਤਾਰ ਕੇ ਕਹਿ ਸਕਦੇ ਆ ਨਾ ਜੀ ਜੀ ਜੀ, ਜਾਂ ਜੋ ਵੱਡੇ ਨੇ ਮਾਡਲ ਥੋੜ੍ਹਾ ਜਨਮ ਤੋਂ ਪਹਿਲਾਂ ਦੇ, ਉਹ ਬਾਪੂ ਆ ਗਏ, ਉਹ ਬਾਪੂ ਆ ਗਏ। ਸਹੀ ਗੱਲ, ਸਹੀ ਆ, ਉਹ ਆਰਾਮ ਕਰ ਰਹੇ ਆ, ਉਹ ਆਰਾਮ ਕਰ ਰਹੇ ਆ। ਮੈਂ ਪਹਿਲਾਂ ਵੀ ਆਖਿਆ ਸੀ ਵੀ ਇਹਨਾਂ ਕੋਲੇ ਬਜ਼ੁਰਗ ਟਰੈਕਟਰਾਂ ਦਾ ਕਹਿ ਸਕਦੇ ਕਿ ਵਿਰਦਾਰਸ਼ਨ ਵਾ ਜੀ ਜੀ, ਵਾਕਈ ਸਾਰੇ ਟਰੈਕਟਰ ਜਿਨ੍ਹਾਂ ਨੇ ਨਾਲ ਲੋਕਾਂ ਨੇ ਕੱਟੇ ਵਛੇ ਬੰਨੇ ਹੁੰਦੇ ਸੀ, ਉਹ ਸਾਰੇ ਇੱਥੇ ਮਿਲਣਗੇ ਤੁਹਾਨੂੰ। ਵਾਕਈ ਸਹੀ ਗੱਲ ਹੈ, ਤੇ ਇੱਥੇ ਉਹਨਾਂ ਦਾ ਮੁੱਲ ਪਾਇਆ ਹੋਇਆ ਵਾ ਬਕਾਇਦਾ। ਇਹ ਵੱਡੀ ਸੇਵਾ ਜੀ ਤੁਹਾਡੀ, ਮਾਲਕ ਬਖਸ਼ੀ ਜੀ ਸੇਵਾ ਸਾਨੂੰ, ਤੇ ਇਹਨਾਂ ਚੀਜ਼ਾਂ ਨੇ ਜਦਾ ਨਾ ਇੰਨਾ ਮਾਲਕ ਨੇ ਕਿਰਪਾ ਕੀਤੀ ਟਰੈਕਟਰਾਂ ਦੇ ਕਰਕੇ, ਅੱਜ ਤੁਸੀਂ ਮੇਰੇ ਕੋਲ ਆਏ ਆ, ਆਪਾਂ ਸ਼ਾਇਦ ਕਦੇ ਜ਼ਿੰਦਗੀ 'ਚ ਵੀ ਨਾ ਮਿਲਦੇ। ਮੈਂ ਮਾਲਵੇ ਤੋਂ, ਤੁਸੀਂ ਦੁਬਾਬੇ ਤੋਂ। ਵਾਕਈ ਸਹੀ ਗੱਲ ਆ, ਇਹਨਾਂ ਟਰੈਕਟਰਾਂ ਨੇ ਮੇਰੀ ਯਾਰੀ ਦੋਸਤੀ ਜੀ, MP UP ਤਾਮਿਲਨਾਡੂ ਕੇਰਲਾ ਮਦਰਾਸ ਜਿੱਥੇ ਚਲੇ ਜਾਈਏ ਹਾਂਜੀ, ਉੱਥੇ ਜਾ ਕੇ ਮੈਂ ਆਪਣਾ ਪ੍ਰਾਊਡਲੀ ਨਾਂ ਦੱਸਦਾ, ਮੈਂ ਅਵਤਾਰ ਸਿੰਘ ਸੰਧੂ। ਅਗਲਾ ਕਹਿੰਦਾ ਹਾਂਜੀ ਮੈਂ ਭਾਜੀ ਤੁਹਾਨੂੰ ਜਾਣਦਾ ਜੀ ਜੀ ਜੀ। ਬੰਦੇ ਨੂੰ ਫਿਰ ਕਿੰਨਾ ਮਾਣ ਹੁੰਦਾ ਇੱਕ ਨਾਮ ਬਣਾਉਣ ਲਈ ਜੀ। ਕਰ ਤਾਂ ਮੈਂ ਆਪਦੀ ਕਲੈਕਸ਼ਨ ਰਿਹਾ, ਆਪਣੇ ਦਿਲ ਦੀ ਰੀਝ ਪੂਰੀ ਕਰ ਰਿਹਾ, ਪਰ ਜਿਹੜਾ ਉਹਦੇ ਨਾਲ ਲੋਕਾਂ ਦਾ ਪਿਆਰ ਆ, ਔਰ ਟਰੈਕਟਰਾਂ ਨਾਲ ਲੋਕ ਪੁੱਤਾਂ ਵਾਂਗੂ ਮਾਵਾਂ ਵਾਂਗੂ ਪਿਆਂ ਵਾਂਗੂ ਪਿਆਰ ਕਰਦੇ ਆ ਜੀ, ਔਰ ਪਿਆਰ ਕਰਨ ਕਰਕੇ ਜਦੋਂ ਇੰਨਾ ਪਿਆਰ ਕਰਦੇ ਆ ਤੇ ਫਿਰ ਨਾਲ ਮੈਨੂੰ ਵੀ ਕਰਦੇ ਨਾਲ ਉਨਾ ਕੁ ਪਿਆਰ ਵੀ, ਭਾਈ ਇਹ ਬੰਦੇ ਨੇ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ। ਗੱਲ ਇਉਂ ਆ ਜਾਂਦੀ ਨਾ, ਕੰਮ ਕਰਨ ਦੇ ਮਗਰ ਤੁਹਾਡੀ ਭਾਵਨਾ ਕੀ? ਭਾਵਨਾ ਕੀ ਆ, ਸਹੀ ਗੱਲ, ਉਹਦਾ ਮੁੱਲ ਪੈਂਦਾ ਅਸਲ, ਭਾਵਨਾ ਦਾ ਮੁੱਲ ਪੈਂਦਾ। ਪਰ ਮੈਂ ਉਹ ਭਾਵਨਾ ਜਾਂ ਮੈਂ ਕੋਈ ਫੀਲਿੰਗ ਲਈ ਜਾਂ ਮੈਂ ਕੋਈ ਉਹ ਫੇਮ ਲਈ ਇਹ ਕੰਮ ਨਹੀਂ ਸੀ ਕੀਤਾ ਜੀ, ਇਹ ਕੰਮ ਮੈਂ ਕੀਤਾ ਸੀ ਆਪਣੀ ਦਿਲ ਦੀ ਖੁਆਇਸ਼ ਪੂਰੀ ਕਰਨ ਲਈ ਤੇ ਆਪਣੇ ਬਾਪੂ ਨੂੰ ਡੈਡੀਕੇਟ ਕਰਨ ਲਈ ਜੀ ਜੀ ਜੀ, ਫਾਦਰ ਸਾਹਿਬ ਨੂੰ ਡੈਡੀਕੇਟ, ਫਾਦਰ ਸਾਹਿਬ ਨੂੰ ਡੈਡੀਕੇਟ ਕੀਤਾ ਸਾਰਾ ਕੁਝ ਏਰੀਆ ਦੇ ਵਿੱਚ। ਮੈਂ ਕਹਿੰਦਾ ਵੀ ਇਹ ਕ੍ਰਾਂਤੀ ਲਿਆਉਣ ਵਾਲੇ ਟਰੈਕਟਰਾਂ ਦੇ ਵਿੱਚ ਆ ਜਾਂਦੇ ਆ। ਵਾਕਈ ਸਹੀ ਗੱਲ, ਆਹ ਹੁਣ ਦੇਖੋ ਆ ਸਲਾਂਸਰ ਆ ਜੀ, ਇਹਨੂੰ ਮੈਂ ਆਪਣੇ ਟੈਚੀਆਂ 'ਚ ਪਾ ਕੇ ਲੈ ਕੇ ਆਇਆ ਵੀ ਇਹਨੂੰ ਬੈਂਡ ਨਾ ਪੈ ਜਾਵੇ ਕਿਤੇ। ਬਹੁਤ ਚੀਜ਼ਾਂ ਇੱਦਾਂ ਦੀਆਂ, ਅਸੀਂ ਸਾਰੀ ਫੈਮਿਲੀ ਆਉਂਦੇ ਹਾਂ ਜੀ, ਜਿਨ੍ਹਾਂ ਦੇ ਵਿੱਚ ਸਾਡੇ ਕੋਲ ਜੇ 15 ਟੈਚੀ ਆ, 15 ਚੋਂ 13 ਟੈਚੀ ਸਾਡੇ ਟਰੈਕਟਰਾਂ ਦੇ ਸਪੇਅਰ ਪਾਰਟ ਦੇ ਹੁੰਦੇ ਆ, ਦੋ ਟੈਚੀ ਸਾਡੇ ਸਾਰੇ ਪਰਿਵਾਰ ਦੇ ਕੱਪੜਿਆਂ ਦੇ ਹੁੰਦੇ ਆ। ਕੋਈ ਕੱਪੜਾ ਲੱਤਾ ਤੇ ਛੋਣੀ ਮਿਲ ਜਾਣਾ ਵੀ ਮਿਲ ਜਾਣਾ, ਮੈਂ ਇਹੀ ਆ ਨਹੀਂ ਚੀਜ਼ਾਂ ਇਹੀ ਮੈਂ ਗੱਲ ਕਹਿੰਦਾ, ਮੈਂ ਕਿਹਾ ਕੱਪੜਾ ਲੱਤਾ ਉੱਥੋਂ ਵੀ ਮਿਲ ਜਾਣਾ ਹਾਂਜੀ, ਤੇ ਪਲੱਸ ਅਸੀਂ ਸਾਲ 'ਚ 2-3 ਵਾਰ 4 ਵਾਰ ਵੀ ਆਉਂਦੇ ਹਾਂ, ਉਹਦੇ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ। ਉਹ ਕੱਪੜੇ ਸਾਡੇ ਇੱਥੇ ਵੀ ਰੱਖੇ ਆ ਜੀ, ਤੇ ਅਸੀਂ ਬਾਲੇ ਕੱਪੜੇ ਚੱਕਦੇ ਨਹੀਂ ਕਿਉਂਕਿ ਸਾਨੂੰ ਟਰੈਕਟਰਾਂ ਦਾ ਸਮਾਨ ਲਿਆਉਣ ਦਾ ਬਹੁਤ ਸ਼ੌਂਕ ਆ ਜੀ। ਉੱਥੇ ਵੀ ਮੇਰੇ 2 ਰੂਮ ਭਰੇ ਹੋਏ ਆ, ਤੇ ਇੱਥੇ ਵੀ ਆ 4 ਰੂਮ ਸਪੇਅਰ ਪਾਰਟ ਨਾਲ ਭਰੇ ਹੋਏ ਆ ਜੀ ਜੀ, ਐਕਸਟਰਾ ਰੱਖੇ ਹੋਏ ਆ, ਐਕਸਟਰਾ ਰੱਖੇ ਹੋਏ ਆ ਵੀ ਕਿਤੇ ਫਿਊਚਰ 'ਚ ਲੋੜ ਪੈ ਜਾਵੇ। ਤੁਹਾਡੇ ਕੋਲ ਕਿਹੜੇ ਕਿਹੜੇ ਦੇਸ਼ਾਂ ਦੇ ਟਰੈਕਟਰ ਨੇ? ਆਪਣੇ ਕੋਲ ਜੀ ਇੰਗਲੈਂਡ, US, ਰੋਮਾਨੀਆ, ਪੋਲੈਂਡ, ਬੈਲਾਰੂਸ, ਗੱਲ ਸਾਰੀ ਆ ਜੀ। ਮੈਂ ਹੁਣ ਜਿੱਥੇ ਵੀ ਮੈਨੂਫੈਕਚਰ ਕੋਈ ਨਾ ਕੋਈ ਹੋਇਆ ਬਣਿਆ, ਰਸ਼ੀਅਨ ਜਿੱਦਾਂ ਇਹ ਮੋਸਟਲੀ ਰਸ਼ੀਆ 'ਚ ਬਣੇ ਆ, ਰੋਮਾਨੀਆ 'ਚ ਬਣੇ ਆ, ਇੰਗਲੈਂਡ 'ਚ ਬਣੇ ਆ, US 'ਚ ਬਣੇ ਆ ਜੀ, ਪਰ ਉਹ ਮਾਡਲ ਵੱਖਰੇ ਵੱਖਰੇ ਆ ਜੀ। ਹਾਂਜੀ ਹਾਂਜੀ ਸਰ, ਧੰਨਵਾਦ ਤੁਹਾਡਾ ਸਮਾਂ ਦਿੱਤਾ ਤੁਸੀਂ, ਮਿਹਰਬਾਨੀ ਤੁਹਾਡਾ ਜੀ। ਦਰਸ਼ਕੋ ਮਿਲਦੇ ਆ ਕੋਈ ਹੋਰ ਨਵਾਂ ਵਿਸ਼ਾ ਲੈ ਕੇ, ਮਿਹਰਬਾਨੀ, ਧੰਨਵਾਦ, ਥੈਂਕ ਯੂ ਜੀ।